ਮਿਆਮਾਰ ਆਰਮੀ ਨੇ ਭਾਰਤੀ ਸੀਮਾ ਦੇ ਲਈ ਕੀਤੀ 에어 ਸਟ੍ਰਾਈਕ ਇਸ 에어 ਸਟ੍ਰਾਈਕ ਦੇ ਨਾਲ ਭਾਰਤੀ ਸੀਮਾ ਨੂੰ ਹੋਵੇਗਾ ਕੋਈ ਨੁਕਸਾਨ ਇਹ ਸੈਨਾ ਨੇ ਘੱਟੋ ਘੱਟ 2 ਬੰਬ ਭਾਰਤੀ ਸੀਮਾ ਦੇ ਅੰਦਰ ਵੀ ਸੁੱਟੇ ਤਾਂ ਇਸ ਵਕਤ ਦੀ ਖਬਰ ਸਾਹਮਣੇ ਆਈ ਹੈ ਕਿ ਮਿਆਮਾਰ ਦੀ ਸੱਤਾ ਤੇ ਕਬਜ਼ਾ ਕਰਨ ਵਾਲੀ ਸੈਨਾ ਨੇ ਭਾਰਤੀ ਸੀਮਾ ਦੇ ਕੋਲ ਮਿਜ਼ੋਰਮ ਬਾਰਡਰ ਦੇ ਕੋਲ ਬੇਹੱਦ ਦੀ ਕਰੀ ਬੰਬਾਰੀ ਕੀਤੀ ਹੈ ਮਿਆਮਾਰ ਸੈਨਾ ਨੇ ਫਾਈਟਰ ਜੈਟਸ ਨੇ ਕੈਂਪ ਵਿਕਟੋਰੀਆ ਤੇ ਉੱਤੇ ਬੰਬਾਰੀ ਕੀਤੀ ਹੈ ਬ੍ਰਿਟਿਸ਼ মিডিਆ ਨੇ ਦਾਵਾ ਕੀਤਾ ਕਿ ਮਿਆਂਮਾਰ ਦੀ ਸੈਨਾ ਨੇ ਘੱਟ ਤੋਂ ਘੱਟ 2 ਬੰਬ ਭਾਰਤੀ ਸੀਮਾ ਦੇ ਅੰਦਰ ਵੀ ਸੁੱਟੇ ਨੇ ਹਾਲਾਂਕਿ ਦੂਜੇ ਪਾਸੇ ਭਾਰਤ ਦੀ ਸੁਰੱਖਿਆ ਦੇ ਨਾਲ ਜੁੜੇ ਸੂਤਰਾ ਨੇ ਪੂਰੀ ਤਰ੍ਹਾਂ ਦੇ ਨਾਲ ਇਸ ਗੱਲ ਨੂੰ ਸਪਸ਼ਟ ਕਰ ਦਿੰਦਾ ਹੈ ਕਿ ਇਸ 에ਅਰ ਸਟ੍ਰਾਈਕ ਨੇ ਭਾਰਤ ਦੀ ਸੀਮਾ ਤੇ ਕੋਈ ਨੁਕਸਾਨ ਨਹੀਂ ਹੋਇਆ ਪਰ ਜਿਸ ਤਰੀਕੇ ਦੇ ਨਾਲ ਮਿਆਮਾਰ ਆਰਮੀ ਨੇ ਭਾਰਤੀ ਸੀਮਾ ਦੇ ਕੋਲ 에ਅਰ ਸਟ੍ਰਾਈਕ ਕੀਤੀ ਹੈ ਉਸ ਦੇ ਨਾਲ ਇਹ ਸਵਾਲ ਉੱਠ ਰਹੇ ਸੀ ਕਿ ਇਸ ਦੇ ਨਾਲ ਕੀ ਨੁਕਸਾਨ ਕੋਈ ਹੋਇਆ ਪਰ ਦੂਜੇ ਪਾਸੇ ਹੀ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਹਾਲਾਂਕਿ ਭਾਰਤ ਦੀ ਸੁਰੱਖਿਆ ਦੇ ਨਾਲ ਜੁੜੇ ਸੂਤਰਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਇਸ 에어 ਸਟ੍ਰਾਈਕ ਦੇ ਨਾਲ ਭਾਰਤ ਦੀ ਸੀਮਾ ਤੇ ਕੋਈ ਨੁਕਸਾਨ ਨਹੀਂ ਹੋਇਆ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਸਿਗਾ ਕਿ 에어 ਸਟ੍ਰਾਈਕ ਦੇ ਨਾਲ-ਨਾਲ ਮਿਆਂਮਾਰ ਦੀ ਸੈਨਾ ਨੇ ਘੱਟ ਤੋਂ ਘੱਟ ਦੋ ਬੰਬ ਭਾਰਤੀ ਸੀਮਾ ਦੇ ਅੰਦਰ ਵੀ ਸੁੱਟੇ ਨੇ ਤਾਂ ਮਿਆਂਮਾਰ ਦੀ ਸੱਤਾ ਤੇ ਕਬਜ਼ਾ ਕਰਨ ਵਾਲੀ ਸੈਨਾ ਨੇ ਭਾਰਤੀ ਸੀਮਾ ਦੇ ਕੋਲ ਮਿਜ਼ੋਰਮ ਬਾਰਡਰ ਦੇ ਵਿੱਚ ਬੇਹਾਦੀ ਕਰੀਬ ਜਿਹੜੀ ਆ ਉਸਨੇ ਬੰਬਾਰੀ ਕੀਤੀ ਸੀਗੀ ਇੱਕ ਖੱਜਾ ਪ੍ਰਗਟਾਇਆ ਜਾ ਰਿਹਾ ਸੀਗਾ ਕਿ ਘੱਟ ਤੋਂ ਘੱਟ ਦੋ ਬੰਬ ਭਾਰਤੀ ਸੀਮਾ ਦੇ ਅੰਦਰ ਛੁੱਟੇ ਨੇ ਅੱਜ ਵਕਤ ਦੀ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਿਆਮਾਹ ਆਰਮੀ ਨੇ ਭਾਰਤੀ ਸੀਮਾ ਦੇ ਕੋਲ 에ਅਰ ਸਟ੍ਰਾਈਕ ਕੀਤੀ ਹੈ। ਖੱਜਾ ਪ੍ਰਗਟਾਇਆ ਜਾ ਰਿਹਾ ਸੀਗਾ ਕਿ ਇਸ ਦੇ ਨਾਲ ਜਾਂ ਇਸ ਹਮਲੇ ਦੇ ਨਾਲ ਭਾਰਤੀ ਸੀਮਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਦੂਜੇ ਪਾਸੇ ਸੁਰੱਖਿਆ ਦੇ ਨਾਲ ਜੁੜੇ ਜੋ ਸੂਤਰ ਨੇ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਇਹ ਸਾਫ਼ ਕਰ ਦਿੱਤਾ ਹੈ ਕਿ ਇਸ 에ਅਰ ਸਟ੍ਰਾਈਕ ਦੇ ਨਾਲ ਭਾਰਤ ਦੀ ਸੀਮਾ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ।